29 ਤਰੀਕ ਨੂੰ ਜਿਹੜੀ ਇੱਕ SHO ਛਾਟਾ ਔਰ ਜਿਹੜੇ ਸਾਡੇ ACP ਵੈਸਟ ਨੇ ਇਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਜਿਹਦੇ 'ਤੇ ਇਹਨਾਂ ਨੇ ਇੱਕ ਮੁਕੱਦਮਾ ਨੰਬਰ 44 ਜਿਹੜਾ ਇੱਕ ਛਾਟਾ ਰਜਿਸਟਰ ਕੀਤਾ ਸੀਗਾ ਅੰਡਰ ਸੈਕਸ਼ਨ 411(34), ਜਿਹਦੇ ਵਿੱਚ ਇਨਫੋਰਮੇਸ਼ਨ ਇਹ ਸੀਗੀ ਵੀ ਕੁਛ ਬੰਦੇ ਜਿਨ੍ਹਾਂ ਨੇ 24 ਤਰੀਕ ਨੂੰ ਰਾਤ ਨੂੰ ਡੇਰੇ ਦੇ ਉੱਤੇ ਤਰਨ ਤਾਰਨ ਦੇ ਵਿੱਚ ਵਾਰਦਾਤ ਕੀਤੀ ਹੈ ਵੀ ਉਹ ਜਿਹੜਾ ਲੁੱਟ ਦਾ ਪੈਸਾ ਜਿਹੜਾ ਉਹ ਲੈ ਕੇ ਅਤੇ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਘੁੰਮ ਰਹੇ ਨੇ, ਅਗਰ ਕਿਤੇ ਨਾਕਾਬੰਦੀ ਕੀਤੀ ਜਾਵੇ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ। ਸੋ ਇਮੀਡੀਏਟਲੀ ਜਿਹੜਾ ACP ਵੈਸਟ ਸਾਹਿਬ ਨੇ ਆਪਣੀਆਂ ਜਿਹੜੀਆਂ ਟੀਮਾਂ ਨੇ ਉਹ ਅਲੱਗ ਅਲੱਗ ਬਣਾਈਆਂ ਔਰ ਇਹਦੇ ਵਿੱਚ ਜਿਹੜੇ ਦੋ ਮੁਲਜ਼ਮ ਜਿਹਦੇ ਵਿੱਚੋਂ ਇੱਕ ਦਾ ਨਾਮ ਸੁਖਵਿੰਦਰ ਸਿੰਘ ਬਾਬਾ ਇਲੀਅਸ ਭੂੰਡੀ ਔਰ ਦੂਸਰਾ ਜਿਹੜਾ ਬਲਵਿੰਦਰ ਸਿੰਘ ਉਰਫ ਬਿੱਲਾ, ਇਹਨਾਂ ਦੋਨਾਂ ਨੂੰ ਜਿਹੜਾ 29 ਤਰੀਕ ਨੂੰ ਅਰੈਸਟ ਕੀਤਾ, ਉਸ ਤੋਂ ਬਾਅਦ ਰਿਮਾਂਡ 'ਤੇ ਲਿਆ ਔਰ ਇੱਕ ਜਿਹੜਾ ਤੀਸਰਾ ਮੁਲਜ਼ਮ ਹੈ ਤਰਸੇਮ ਸਿੰਘ ਉਰਫ ਗੋਟਾ, ਇਹਨੂੰ ਜਿਹੜਾ ਕੱਲ੍ਹ ਰਾਤ ਨੂੰ ਨਾਕਾਬੰਦੀ ਦੌਰਾਨ ਜਿਹੜਾ ਅਰੈਸਟ ਕਰਕੇ ਇਹਨਾਂ ਤਿੰਨਾਂ ਦੇ ਕੋਲੋਂ 53 ਲੱਖ ਰੁਪਈਆ ਦੇ ਕਰੀਬ 53 ਲੱਖ ਦੀ 32,000 ਰੁਪਏ ਦੀ ਕਰੰਸੀ, ਇੱਕ ਸਵਿਫਟ ਕਾਰ ਜਿਹਦੇ ਵਿੱਚ ਇਹਨਾਂ ਨੇ ਪੈਸੇ ਲੁੱਟੇ ਸੀਗੇ ਉਹ, ਔਰ ਇਸ ਤੋਂ ਇਲਾਵਾ ਇੱਕ ਇਹਨਾਂ ਕੋਲੋਂ 12-bore 12-bore ਰਾਈਫਲ ਜਿਹੜੀ ਆ ਉਹ ਔਰ 5 ਜਿੰਦਾ ਰਾਉਂਦ ਜਿਹੜੇ ਨੇ ਉਹ ਬਰਾਮਦ ਹੋਏ ਸੀਗੇ, ਜੋ ਇਹਨਾਂ ਨੂੰ ਇਹਨਾਂ ਤਿੰਨਾਂ ਨੇ ਜਿਹੜਾ ਪਹਿਲੀ ਪੁੱਛਗਿੱਛ ਦੇ ਉੱਤੇ ਜਿਹੜਾ ਆਪਦਾ ਜੁਰਮ ਜਿਹੜਾ ਕਬੂਲ ਕੀਤਾ ਵੀ ਇਹਨਾਂ ਨੇ ਡੇਰੇ ਦੇ ਵਿੱਚੋਂ ਲੁੱਟ ਕੀਤੀ ਸੀ। ਇਹਦੇ ਵਿੱਚ ਇਹਨਾਂ ਨੂੰ ਇੱਕ ਪੁਰਾਣਾ ਡਰਾਈਵਰ ਜਿਹੜਾ ਬਾਬਾ ਜੀ ਦਾ ਸੀਗਾ ਉਹਨੇ ਸਾਰੀ ਇਹਨਾਂ ਨਾਲ ਬੈਠ ਕੇ ਪਲੈਨਿੰਗ ਬਣਾਈ ਸੀ। ਇਹ ਪੁਰਾਣਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਇਹ ਹੈ ਵੀ ਇਹਨਾਂ ਦੇ ਵਿੱਚੋਂ ਜਿਹੜਾ ਭੂੰਡੀ ਆ ਇਹ ਪਹਿਲਾਂ ਜਾਲੀ ਕਰੰਸੀ ਦੇ ਵਿੱਚ ਅਰੈਸਟ ਹੋ ਚੁੱਕਿਆ ਔਰ ਕਾਫੀ ਕ੍ਰਿਮੀਨਲ ਲੋਕਾਂ ਨਾਲ ਇਹਦਾ ਮੇਲਜੋਲ ਹੈ। ਟੋਟਲ ਐਜ ਪਰ ਜਿਹੜੀ FIR ਅਸੀਂ ਤਰਨ ਤਾਰਨ ਪੁਲਿਸ ਨੂੰ ਪੁੱਛਿਆ ਸੀ ਉਹਨਾਂ ਨੇ ਤਕਰੀਬਨ 1.5 crore ਦੇ ਕਰੀਬ ਕਿਹਾ, ਪਰ ਅਜੇ ਤੱਕ ਜਿਹੜੀ ਅਸੀਂ ਰਿਕਵਰ ਕੀਤੀ ਹੈ ਉਹ ਸਾਡੇ ਕੋਲ 53,32,000 ਰੁਪਈਏ ਦੀ ਰਕਮ ਆ। ਬਾਕੀ ਜਿਹੜੇ ਕੁਛ ਮੁਲਜ਼ਮ ਨੇ ਉਹ ਤਰਨ ਤਾਰਨ ਪੁਲਿਸ ਨੇ ਵੀ ਪਹਿਲਾਂ ਫੜੇ ਨੇ ਜੋ ਉਹਨਾਂ ਨੇ ਅਲੱਗ ਰਿਕਵਰੀ ਕੀਤੀ। ਮੋਸਟਲੀ ਜੋ ਜਿਹੜੀ ਇਹ ਮਦਈਆਂ ਤੋਂ ਗੱਲ ਪਤਾ ਲੱਗੀ ਹੈ ਉਹ ਸਾਰਾ ਚੜਾਵਾ ਸੀਗਾ ਜਿਹੜਾ ਉਹਨਾਂ ਨੇ ਕਾਰ ਸੇਵਾ ਚਲਾਈ ਹੋਈ ਹੈ ਉਹਦੇ ਲਈ ਪੈਸੇ ਯੂਜ਼ ਕਰਦੇ ਸੀ। ਇਹਨਾਂ ਨੂੰ ਨਾਕਾਬੰਦੀ ਦੌਰਾਨ ਗੋਟੇ ਨੂੰ ਕੱਲ੍ਹ ਰਾਤ ਨਾਕਾਬੰਦੀ ਦੌਰਾਨ ਅਰੈਸਟ ਕੀਤਾ ਜੀ, ਕਿਹੜਾ ਮੀਰੀ ਪੀਰੀ ਅਕੈਡਮੀ ਦੇ ਕੋਲੋਂ ਅਰੈਸਟ। ਇਹਨਾਂ ਨੇ ਜਿਹੜੀ ਪਹਿਲੀ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਵੀ 5 ਜਣੇ ਸੀਗੇ ਜਿਨ੍ਹਾਂ 'ਚੋਂ ਇੱਕ ਤਰਨ ਤਾਰਨ ਪੁਲਿਸ ਨੇ ਔਰ ਜਿਹੜੇ 3 ਬੰਦੇ ਅਸੀਂ ਅਰੈਸਟ ਕਰ ਲਏ ਨੇ ਔਰ ਇਹਨਾਂ ਦਾ ਇੱਕ ਬੰਦਾ ਜਿਹੜਾ 7 ਡਰਾਈਵਰ ਹੈ ਉਹ ਅਰੈਸਟ ਹੋਣਾ ਰਹਿੰਦਾ। ਪਰ ਜਿਹੜੀ ਸਾਡੀ ਪੜਤਾਲ ਆਈ ਹੈ ਉਹਦੇ ਵਿੱਚ ਇਹਨਾਂ ਨੇ ਪੈਸਿਆਂ ਨੂੰ 6 ਹਿੱਸੇ 'ਚ ਵੰਡਿਆ ਸੀਗਾ, ਉਹ 6ਵਾਂ ਹਿੱਸਾ ਕਿਹਦਾ ਸੀਗਾ ਉਹ ਅਸੀਂ ਦੌਰਾਨੇ ਰਿਮਾਂਡ ਜਿਹੜਾ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ। ਅਲੱਗ ਅਲੱਗ ਰਹਿੰਦੇ ਸੀਗੇ ਸਾਰੇ, ਅਲੱਗ ਅਲੱਗ ਰਹਿਣ ਵਾਲੇ ਸੀ। ਪਹਿਲਾਂ ਇਹਨੇ ਜਾਲੀ ਕਰੰਸੀ ਦੇ ਵਿੱਚ ਜਿਹੜਾ ਸੀਗਾ ਇੱਕ ਸੁਖਵਿੰਦਰ ਬਾਬਾ ਜਿਹੜਾ ਉਹਨੂੰ ਅਰੈਸਟ ਕੀਤਾ ਹੋਇਆ ਸੀ, ਉੱਥੇ ਪਹਿਲਾਂ ਪੁਰਾਣਾ ਕੇਸ ਚੱਲ ਰਿਹਾ। ਨਹੀਂ ਉਸ ਤੋਂ ਇਲਾਵਾ ਕੋਈ ਨਹੀਂ, ਪਰ ਇਹਨਾਂ ਦਾ ਜਿਹੜਾ ਮੋਸਟਲੀ ਬੈਠਣਾ ਉੱਠਣਾ ਸੀਗਾ ਉਹ ਕ੍ਰਿਮੀਨਲ ਲੋਕਾਂ ਦੇ ਨਾਲ ਸੀ, ਜਿਹੜੇ ਜੇਲ੍ਹ 'ਚੋਂ ਬਾਹਰ ਆਉਂਦੇ ਸੀ ਉਹਨਾਂ ਦੇ ਨਾਲ ਸੀਗਾ। ਪਿੰਡ ਦੇ ਲੋਕ ਵੀ ਜਿਹੜੇ ਕਾਫੀ ਇਹਨਾਂ ਦੇ ਖਿਲਾਫ ਜਿਹੜੇ ਗੱਲਾਂ ਦੱਸ ਰਹੇ ਜਿਹਨੂੰ ਅਸੀਂ ਵੈਰੀਫਾਈ ਕਰ ਲਈਏ।